ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ 3600 ਫੋਰਡ, ਅਤੇ ਇਹ ਹੈਗਾ ਜੀ ਸੰਗਰੂਰ ਡਿਸਟ੍ਰਿਕਟ ਦਾ ਪਿੰਡ ਜਲਵਾਣਾ। ਇੱਥੇ ਆਪਾਂ ਅੰਕਲ ਬਲਜਿੰਦਰ ਜੀ ਨੂੰ ਸਰਪ੍ਰਾਈਜ਼ ਦਿੱਤਾ ਸੀ ਜਿਹੜੇ USA ਤੋਂ ਆਏ ਆ, ਅਤੇ ਇਹ ਆਪਾਂ 3600 ਤਿਆਰ ਕੀਤਾ ਅਤੇ ਦਿਖਾਉਂਦੇ ਹਾਂ ਤੁਹਾਨੂੰ। ਇਹ ਆਪਾਂ ਇਹ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਸੀ, ਅੱਜ ਕੱਲ੍ਹ ਇਹ ਮਲੇਰਕੋਟਲਾ ਜੀ। ਇਹ ਟਰੈਕਟਰ ਨੂੰ ਆਪਾਂ ਪਾਵਰ ਸਟੀਅਰਿੰਗ ਕੀਤਾ ਜੀ ਸਭ ਤੋਂ ਪਹਿਲਾਂ, ਇਹ 3600 ਵਾਲਾ ਸੋਰੀ 60 ਵਾਲਾ ਇਹਨੂੰ ਆਪਾਂ EPI ਵਾਲਾ ਹਿੱਸਾ ਲਾਇਆ ਜੀ, ਵੱਡਾ ਵੱਡੇ ਬੈਰਿੰਗ ਵਾਲਾ ਜੀ, ਔਰ 7/50/16 ਦੇ ਟਾਇਰ ਆ ਜੀ ਪਾਵਰ ਸਟੀਅਰਿੰਗ ਦਾ। ਇਹ ਪੰਪ ਵੱਖਰਾ, ਇਹਦੀ ਪਾਈਪਾਂ ਦੀ ਫਿਟਿੰਗ ਦੇਖਿਓ ਜੀ, ਇਹ 60 ਵਾਲੇ ਨੂੰ ਬ੍ਰੇਕ ਲਾਏ ਆ ਜੀ ਬੰਦ ਆਪਾਂ ਡਿਸਕ ਬ੍ਰੇਕ। ਟੋਟਲ ਇਹਦਾ ਇੰਜਣ ਦਾ ਗੇਅਰ ਦਾ ਓਵਰਹਾਲ ਟੋਟਲ ਇਹਦਾ ਆਪਾਂ ਮਤਲਬ ਕੰਮ ਕੀਤਾ ਜੀ, ਔਰ ਇੰਜਣ ਇਹਦਾ 45 ADI ਵਾਲਾ ਸਮਾਨ ਆ ਜੀ ਸਾਰਾ ਇਹਦੇ ਇੰਜਣ ਦੇ ਵਿੱਚ। ਇਹਦੀ ਡੀਜ਼ਲ ਲਾਈਨ ਦੀ ਫਿਟਿੰਗ ਆ ਜੀ, ਇਹ ਵਾਟਰ ਸਪਰੇਟਰ ਇਹਦਾ ਆਪਾਂ ਨਵੇਂ ਮਾਡਲ ਦੀ ਜਿੱਦਾਂ ਫਿਟਿੰਗ ਆਉਂਦੀ ਆ, ਇਹ ਡੀਜ਼ਲ ਫਿਲਟਰ ਨੀਚੇ, ਇਹ ਪਾਈਪ ਲਾਈਨ ਆ ਜਿੰਨੀ ਵੀ, ਇਹ ਜਿਹੜੀਆਂ ਸਾਰੀਆਂ ਡੀਜ਼ਲ ਪਾਈਪਾਂ IAI ਦੀਆਂ ਜਿਹੜੀਆਂ ਨਿਊ ਹਲੈਂਡ ਨੂੰ ਕੰਪਨੀ ਵਰਤਦੀ ਆ ਉਹੀ ਪਾਈਪਾਂ ਜੀ, ਬਿਲਕੁਲ ਸੇਮ। ਇਹ ਸਾਈਡ 'ਤੇ ਕਲਾਸ ਕਾਲਾ ਬੈਟਰੀ ਬਾਕਸ ਜੀ, ਉਹ ਵੀ ਲਾਇਆ ਔਰ ਰੱਖਿਆ ਨੂੰ ਆਪਾਂ ਡਾਇਫਰਾਮ ਹੀ ਆ ਜੀ। ਤੁਹਾਨੂੰ ਆਵਾਜ਼ ਵੀ ਦਿਖਾਉਂਦੇ ਆ ਇਹਦੀ ਇੱਕ ਵਾਰੀ ਮਾਰ ਕੇ, ਵੀਰੇ ਸੈਲਫ ਮਾਰਿਓ। ਆਵਾਜ਼ ਦੇਖੋ ਜੀ ਇਹਦੀ ਟਰੈਕਟਰ ਦੀ, ਦੇਖਿਓ ਇਹਦਾ ਫਕਾਰਾ ਤੁਹਾਨੂੰ ਕਿੱਦਾਂ ਦਾ ਲੱਗਦਾ। ਇਹ ਪਾਵਰ ਸਟੀਅਰਿੰਗ ਹੈ ਜੀ, ਡਿਊਲ ਕਲੱਚ ਹੈ ਜੀ। ਇੱਥੇ ਤੁਹਾਨੂੰ ਪਾਵਰ ਸਟੀਅਰਿੰਗ ਦੇ ਇਹਦਾ ਟੈਂਕ ਵੀ ਦਿਖਾਉਣੇ ਆ, ਜਿਹੜਾ ਆਪਾਂ ਟੈਂਕ ਦੇ ਦੀ, ਇਹ ਇਹਦੀ ਪਾਵਰ ਸਟੀਅਰਿੰਗ ਦੀ ਟੈਂਕੀ ਫਿੱਟ ਕੀਤੀ ਹੋਈ ਹੈ ਜੀ। ਬਾਕੀ ਆ ਜਾਓ, ਤੁਹਾਨੂੰ ਅੰਕਲ ਤੋਂ ਪੁਛਾਉਂਦੇ ਹਾਂ ਬਲਜਿੰਦਰ ਜੀ ਤੋਂ ਵੀ ਉਹਨਾਂ ਨੂੰ ਕਿੱਦਾਂ ਦਾ ਲੱਗਿਆ ਟਰੈਕਟਰ ਅਤੇ ਕਿੱਦਾਂ ਦਾ ਸਰਪ੍ਰਾਈਜ਼ ਲੱਗਿਆ। ਸਤਿ ਸ਼੍ਰੀ ਅਕਾਲ ਅੰਕਲ ਜੀ। ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਬਹੁਤ ਵਧੀਆ ਜੀ, ਬੜੀ ਮਿਹਰਬਾਨੀ। ਅਤੇ ਅੰਕਲ ਕਿੱਦਾਂ ਲੱਗਿਆ ਟਰੈਕਟਰ ਤੁਹਾਨੂੰ? ਹਾਂਜੀ, ਪਹਿਲਾਂ ਤਾਂ ਸਾਰੇ ਵੀਰਾਂ ਨੂੰ ਵੀਡੀਓ ਦੇਖਣ ਦਾ ਧੰਨਵਾਦ, ਅਤੇ ਵੀਡੀਓ ਤੁਸੀਂ ਜ਼ਰੂਰ ਦੇਖਿਓ। ਵੀਡੀਓ ਅਸੀਂ ਕੋਈ ਮਸੂਰੀ ਨਹੀਂ ਕਰ ਰਹੇ ਜਾਂ ਕਿਸੇ ਮਕੈਨਿਕ ਜਾਂ ਟਰੈਕਟਰ ਦੀ, ਅਸੀਂ ਤਾਂ ਸਰ ਮਸੂਰੀ ਇਹੀ ਦੱਸਣਾ ਵੀ ਅੱਜ ਕੱਲ੍ਹ ਆਪਣੇ ਇਮਾਨਦਾਰੀ ਕੀ ਸੀ ਜਾਂ ਇਮਾਨਦਾਰੀ ਹੁੰਦੀ ਆ। ਇਮਾਨਦਾਰੀ ਨੂੰ ਇਹ ਨਹੀਂ ਕਹਿ ਸਕਦੀ ਮੈਂ ਇਮਾਨਦਾਰੀ ਹੈ ਨਹੀਂ। ਅਸੀਂ ਤਾਂ ਟਰੈਕਟਰ ਤੁਹਾਨੂੰ ਸੌਂਪ ਸੀ ਤਿਆਰ ਕਰਨ ਲਈ, ਅਸੀਂ ਕਾਫੀ ਪੂਰੇ ਫੋਨ ਕੀਤੇ ਸਾਡੇ ਇਲਾਕੇ ਦੇ ਵਿੱਚ ਵੀ, ਅਸੀਂ ਰੂਜਲ ਸਾਡਾ ਪੈਂਦਾ ਦਾ ਪਿੰਡ ਜਲਵਾਣਾ, ਜਿਵੇਂ ਜਗਰਾਓ ਤੋਂ ਹੋਰ ਵੀ ਬੰਦੇ ਤਿਆਰ ਕਰਦੇ ਆ, ਅਸੀਂ ਉਹਨਾਂ ਨਾਲ ਵੀ ਗੱਲ ਫੋਨਾਂ 'ਤੇ ਗੱਲ ਕੀਤੀ। ਪਹਿਲਾਂ ਤਾਂ ਮੈਨੂੰ ਇਹਨਾਂ ਨੇ ਐਂ ਵੀ ਉਹਨਾਂ ਫੋਨ 'ਤੇ ਪੂਰਾ ਰਿਸਪੋਂਸ ਨਹੀਂ ਮਿਲਿਆ, ਗੱਲ ਕਰਨ ਦਾ ਤਰੀਕੇ ਨਹੀਂ ਵਧੀਆ ਲੱਗਿਆ। ਜਦੋਂ ਇਹ ਵੀਰਾਂ ਦਾ ਮੈਂ ਗੱਲ ਕੀਤੀ, ਚਲੋ ਇਹਨਾਂ ਦਾ ਗੋਤਰੇ ਚਲੋ ਸੀਗਾ ਸਾਡਾ ਧਾਲੀਵਾਲ ਗੋਤਾ, ਮੈਂ ਵੀ ਜੱਟ ਭਾਈ ਨੇ ਆਪਣੇ ਨਾਲ ਗੱਲ ਕੀਤੀ, ਤਾਂ ਪਹਿਲਾਂ ਤਾਂ ਮੈਨੂੰ ਫੋਨ ਦੇ ਉੱਪਰ ਹੀ 50% ਮੇਰਾ ਮਨ ਬਚ ਗਿਆ ਬੰਦੇ ਦੇ ਪਿਆਰ ਸਤਿਕਾਰ ਨਾਲ ਗੱਲ ਕਰਨ ਦਾ ਤਰੀਕਾ ਸੀ। ਦੂਜਾ ਉਸ ਤੋਂ ਬਾਅਦ ਅਸੀਂ ਗੱਲ ਸ਼ੁਰੂ ਕੀਤੀ ਟਰੈਕਟਰ ਲੈ ਕੇ ਛੱਡਿਆ ਇਹਨਾਂ ਕੋਲ, ਅਤੇ ਇਹਨਾਂ ਨੇ ਸਾਨੂੰ ਤਿਆਰੀ ਕਰਨ ਦੀ ਤਿਆਰੀ ਕੀਤੀ, ਨਿੱਕੀ ਨਿੱਕੀ ਚੀਜ਼ ਸਾਨੂੰ ਦੱਸਦੇ ਰਹੇ ਨੇ। ਪਹਿਲਾਂ ਅਸੀਂ ਵੀ ਇਹਨਾਂ ਤੋਂ ਸਾਨੂੰ ਸੀਗਾ ਵੀ ਪੁੱਛਿਆ ਕਰੀ ਵੀ ਕਿੰਨੇ ਦੀ ਕੀ ਚੀਜ਼ ਆਈ ਆ, ਪਰ ਜਿਹੜੀ ਮੈਂ ਚੀਜ਼ ਪੁੱਛਦਾ ਹੁੰਦਾ ਸੀ ਉਹ ਚੀਜ਼ ਮੈਨੂੰ ਇਹ ਲੱਗਦਾ ਹੁੰਦਾ ਸੀ ਵੀ ਇਹ ਤਾਂ ਜਿਹੜੀ ਮੈਂ ਵੱਧ ਕਰੀ ਵੀ ਇਹ ਤੂੰ ਘੱਟ ਬੋਲ ਰਹੇ ਨੇ, ਕੋਈ ਪੁਰਾਣੀ ਚੀਜ਼ ਦਾ ਸੀ ਉਹ ਤਾਂ ਵੀ ਮੈਨੂੰ ਵੱਧ ਬੋਲ ਰਹੇ ਨੇ, ਜਾਣੇ ਐਂ ਮੈਨੂੰ ਵੀ ਮੇਰਾ ਇੰਨਾ ਵਿਸ਼ਵਾਸ ਵੱਧ ਗਿਆ। ਮੈਂ ਕਹਿੰਦਾ ਵੀ ਮੈਂ ਪੁੱਛਣ ਦਾ ਮੇਰਾ ਫਾਇਦਾ ਨਹੀਂ ਪਿਆ, ਮੈਂ ਹੋ ਸਕਦਾ ਵੀ ਇਹਨਾਂ ਤੋਂ ਮੈਂ ਪੈਸੇ ਇਹਨਾਂ ਤੋਂ ਵੱਧ ਲਾ ਸਕਾਂ, ਪਰ ਇਹਨਾਂ ਨੇ ਇੰਨਾ ਇਮਾਨਦਾਰੀ ਦਿਖਾਈ। ਮੈਂ ਇਹ ਕਹਿੰਦਾ ਵੀ ਦੇਖੋ ਮੈਂ ਕੋਈ ਵੀ ਸਾਡੇ ਰਿਸ਼ਤੇਦਾਰ ਨਹੀਂ, ਕੋਈ ਨੇੜਤਾ ਨਹੀਂ ਛੱਡੀ ਇਹਨਾਂ ਦਾ ਪਿੰਡ ਫਰੀਦਕੋਟ ਨੂੰ, ਉੱਧਰ ਪੈ ਜਾਂਦਾ ਫਰੀਦਕੋਟ ਨਹੀਂ, ਸਾਡੀ ਕੋਈ ਰਿਸ਼ਤੇਦਾਰੀ ਵੀ ਹੈ ਨਹੀਂ ਗੀ, ਪਰ ਮੈਂ ਇਹ ਕਹਿੰਦਾ ਵੀ
परमात्मा ने यह जहाँ विध बनाई भी है बंदे नहीं मानता जिन्हें दिखाई है जी इन्ना मन खुश करता मैं उन्होंने कदम हिसाब नहीं पुछ सकिया इन्हें कदम मैंने फोन ही नहीं कर सकता भी अंकल पैसे भेजो आ गल करो जाने एक अज सा घर भी एक रिश्तेदार के मसले बच्चा जो रिश्तेदार कुकड़ साढ़े घर पहुंचे आ भी बहुत ही ईमानदार बंद ने परमात्मा यही कहना भी इन्हों तंदुरुस्ती चढ़ती कर रखे दोनों भरा सुखेंद्र जतेंद्र पहुंचे नाल दो भाई साढ़े फोरमैन भी आए हैं तो एक साढ़े घर यही नहीं कहते भी ट्रैक्टरी आई है कहना कोई मेहमान खास बंदे आ रहे साढ़े घर धन्यवाद जी धन्यवाद इस करके कहना भी देखो काम तुम कितों भी कराओ आप नहीं कहते भी इन्हों को पहुंच के तो होर भी कराओ पर तुम अपनी सैली ना काम करवाओ चीज़ वधिया बने तो अपने पैसे व्यर्थ ना हो सारे भीरों सत श्री अकाल धन्यवाद जी अंकल जी बहुत बहुत थोड़ा तो भाई जी अपना एड्रैस हैगा ढिलों ट्रैक्टर गोगोनी तहसील जीरा डिस्ट्रिक्ट फिरोजपुर पंजाब मोबाइल नंबर हैगा जी 9780100128 9755900028 बाकी भीर जी किदां दी लगी वीडियो ट्रैक्टर किदां दा लग्या सानू कमेंट जरूर दिओ जी धन्यवाद जी।